ਘਰ ਨਾਲ ਲੈ ਬਾਬੇ ਦੇ ਬਲ ਖਰਾਬ ਚਲੋ ਸਾਨੂੰ ਕਹਿੰਦਾ ਨਹੀਂ ਚੰਗਾ ਨਹੀਂ ਲੱਗਦਾ। ਪਰ ਮਾਤਾ ਜੀ ਇਹ ਵੀ ਨਹੀਂ ਚੰਗਾ ਲੱਗਦਾ ਨਾ ਕਿ ਬਾਬਾ ਜੀ ਕਿਸੇ ਦੀਆਂ ਜ਼ਮੀਨਾਂ ਦੱਬਣ। ਅਸੀਂ ਤਾਂ ਆਪ ਕਹਿੰਦੇ ਵੀ ਕਿਸੇ ਹੱਕ ਨਾ ਖਾਓ, ਕਿਸਾਨਾਂ ਦਾ ਹੱਕ ਕਿਸਾਨਾਂ ਨੂੰ ਦਿਓ ਤੁਸੀਂ, ਕੀ ਕਰਨੀਆਂ ਜ਼ਮੀਨਾਂ ਨਾਲ ਚੱਲ ਜਾਣੀਆਂ। ਬਾਬੇ ਨੂੰ ਕੋਈ ਨਾਲ ਲੈ ਜਾਣਾ, ਸੰਗਤ ਹੈ ਸੰਗਤ ਖਾਂਦੀ ਪਈ, ਜੇ ਸੰਗਤ ਤੁਹਾਡੇ ਬੱਚੇ ਵੀ ਤੁਹਾਡੇ ਬੱਚੇ ਹੀ ਹੈ ਤੇ ਬਾਬਾ ਜੀ ਕਿਉਂ ਆਪਣੇ ਸਿਰ ਤੇ ਵਰਿਆਈ ਜਾਂਦਾ। ਵੱਡੇ ਬਾਬਾ ਜੀ ਦੀ ਕਿੰਨੀ ਬੱਲੇ ਬੱਲੇ ਕਰਦੇ ਲੋਕੀ, ਤੇ ਜਦੋਂ ਤੱਕ ਤੁਹਾਡੇ ਖਿਲਾਫ ਧਰਨੇ ਤੇ ਬੈਠੀ ਸਾਨੂੰ ਵੀ ਦੁੱਖ ਆਉਂਦਾ। ਛੱਡੋ ਇਹਨਾਂ ਦੀਆਂ ਜ਼ਮੀਨਾਂ ਕੀ ਲੈ ਜਾਣੀਆਂ, ਜ਼ਮੀਨ ਆਪਣੇ ਨਾਲ ਚੱਲ ਜਾਣੀਆਂ। ਡੇਰਾ ਬਿਆਸ ਹੈੱਡਕੁਆਰਟਰ ਦੇ ਬਾਹਰ ਪੀੜਤ ਕਿਸਾਨਾਂ ਦੇ ਹੱਕ ਵਿੱਚ ਧਰਨਾ ਪ੍ਰਦਰਸ਼ਨ ਕਰ ਰਹੇ ਲੋਕਾਂ ਨੂੰ 8ਵਾਂ ਦਿਨ ਬੀਤ ਚੁੱਕਿਆ ਸੀ। ਦ ਖਾਲਸ ਟੀਵੀ ਦੀ ਟੀਮ 18 ਸਤੰਬਰ ਨੂੰ ਕਵਰੇਜ ਲਈ ਪਹੁੰਚੀ ਤਾਂ ਇੱਥੇ ਡੇਰਾ ਬਿਆਸ ਦੀ ਇੱਕ ਸੇਵਾਦਾਰ ਭਗਤ ਬੀਬੀ ਮਨਜੀਤ ਕੌਰ ਪਹੁੰਚੀ ਹੋਈ ਸੀ। ਪੂਰੀ ਗੱਲਬਾਤ ਤੁਹਾਨੂੰ ਸੁਣਾਉਂਦੇ ਹਾਂ। ਕੀ ਨਾਮ ਹੈ ਤੁਹਾਡਾ, ਕੀ ਨਾਮ ਹੈ ਅਤੇ ਤੁਸੀਂ ਇੱਥੇ ਕਿਸ ਪਰਪਸ ਤੋਂ ਆਏ? ਸਾਡਾ ਨਾਮ ਮੇਰਾ ਮਨਜੀਤ ਕੌਰ ਹੈ, ਪਿੰਡ ਸਾਡਾ ਹੰਬੋਵਾਲਾ ਹੈ। ਅਸੀਂ ਡੇਰੇ ਆਉਂਦੇ ਸੇਵਾਦਾਰ ਹਾਂ, ਡੇਰੇ ਸੇਵਾ ਕਰਦੇ, ਸਰਪੰਚ ਸੇਵਾ ਕਰਦੇ, ਤਾਂ ਸਾਡਾ ਸੰਗਤ ਆਉਂਦੀ ਹੈ। ਅਸੀਂ ਇਹ ਕਹਿੰਦੇ ਵੀ ਦੇਖੋ ਤੁਸੀਂ ਸਾਡੇ ਭੈਣ ਭਰਾ, ਬਾਬਾ ਜੀ ਲੋਕਾਂ ਨੂੰ ਸਮਝਾਉਂਦੇ ਆ ਵੀ ਕਿਸੇ ਦਾ ਬੇਈਮਾਨੀ ਨਾ ਕਰੋ, ਸੱਚ 'ਤੇ ਤੁਰੋ, ਸੱਚ ਦੇ ਰਸਤੇ ਤੁਰੋ, ਬੇਈਮਾਨ ਨਾ ਕਰੋ, ਕਿਸੇ ਦਾ ਹੱਕ ਨਾ ਖਾਓ, ਮਿਹਨਤ ਦੀ ਰੋਟੀ ਖਾਓ। ਅਤੇ ਅਸੀਂ ਇਹ ਕਹਿੰਦੇ ਹਾਂ ਵੀ ਦੇਖੋ ਜੇ ਬਾਬਾ ਜੀ ਇੰਨੀ ਗੱਲ ਕਹਿੰਦੇ ਹੈ ਤਾਂ ਫਿਰ ਤੁਸੀਂ ਕਾਹਤੋਂ ਇੱਥੇ ਬੈਠੇ? ਬਾਬਾ ਜੀ ਆਪ ਹੀ ਇਨਸਾਫ ਕਰ ਸਕਦੇ ਹੈ ਵੀ ਮੈਂ ਇਹਨਾਂ ਕਿਸਾਨਾਂ ਦਾ ਹੱਕ ਕਾਹਤੋਂ ਖਾਵਾਂ, ਕਿਉਂ ਖਾਵਾਂ। ਅੱਛਾ, ਪਰ ਇੱਥੇ ਕਿਸਾਨਾਂ ਦਾ ਤਾਂ ਇਹੀ ਇਲਜ਼ਾਮ ਹੈ ਨਾ, ਇਹਨਾਂ ਦੀ ਇਹ ਇਲਜ਼ਾਮ ਹੈ ਕਿ ਸਾਡੀਆਂ ਜ਼ਮੀਨਾਂ ਦੱਬ ਲੀਆਂ ਨੇ ਅਤੇ ਉਹ ਸਾਡੀਆਂ ਜ਼ਮੀਨਾਂ ਵਾਪਸ ਕੀਤੀਆਂ ਜਾਣ। ਜੇ ਬਾਬਾ ਜੀ ਕਹਿੰਦੇ ਨੇ ਕਿ ਹੱਕ ਨਹੀਂ ਖਾਣਾ ਚਾਹੀਦਾ ਤਾਂ ਫਿਰ ਉਹਨਾਂ 'ਤੇ ਇਲਜ਼ਾਮ ਲੱਗਿਆ ਕਿ ਉਹਨਾਂ ਨੇ ਹੱਕ ਖਾਧਾ, ਤੁਸੀਂ ਕੋਈ ਸਮਝੌਤਾ ਕਰਾਉਣ ਆਏ ਹੋ ਇੱਥੇ? ਹਾਂਜੀ, ਅਸੀਂ ਬਾਬਾ ਜੀ ਨੂੰ ਕਹਿੰਦੇ ਬਾਬਾ ਜੀ ਨਹੀਂ ਇਹ ਜਿਹੜਾ ਇਨਸਾਫ ਕਰੋ, ਇਸ ਗੱਲ ਦਾ ਇਨਸਾਫ ਕਰੋ ਵੀ ਸੰਗਤ ਨੂੰ ਇਨਸਾਫ ਦਿਓ। ਤੁਸੀਂ ਬਾਬਾ ਜੀ ਨੂੰ ਜਾ ਕੇ ਕਿਹਾ ਜਾਂ ਤੁਸੀਂ ਸਾਡੇ ਥਰੂ ਕਹਿਣਾ ਚਾਹੁੰਦੇ ਹੋ, ਸਾਡੇ ਜ਼ਰੀਏ ਕਹਿਣਾ ਚਾਹੁੰਦੇ ਹੋ? ਹਾਂਜੀ, ਅਸੀਂ ਬਾਬਾ ਜੀ ਨੂੰ ਅਜੇ ਕੁਛ ਨਹੀਂ ਕਿਹਾ, ਅਸੀਂ ਤਾਂ ਉੱਧਰ ਸੇਵਾ 'ਤੇ ਗਏ ਆ, ਸੰਗਤ ਬੈਠੀ ਦੇਖੀ ਹੈ, ਸੰਗਤ ਬੈਠੀ ਦੇਖੀ ਵੀ ਕਾਹਦੇ ਵਾਸਤੇ ਬੈਠੀ। ਸਾਨੂੰ ਲੋਕਾਂ ਨੇ ਕਿਹਾ ਵੀ ਧਰਨਾ ਲਾਇਆ, ਬਾਬੇ ਦੇ ਬਲ ਖਿਲਾਫ ਲਾਇਆ ਵੀ ਬਾਬਾ ਜੀ ਨੇ ਜ਼ਮੀਨਾਂ ਸਾਂਭੀਆਂ ਸਾਡੀਆਂ, ਅਤੇ ਅਸੀਂ ਇਸ ਕਰਕੇ ਕਹਿੰਦੇ ਵੀ ਚਲੋ ਇਹਦੇ ਨਾਲੋਂ ਧਰਨੇ ਨਾਲ ਤੁਸੀਂ ਸੁਲਾ ਆਪਣੇ ਰਾਜਾ ਮੰਤਰੀ ਨਾਲ ਬਾਬੇ ਨਾਲ ਬਹਿ ਕੇ ਗੱਲ ਕਰ ਲੈਂਦੇ ਅਸੀਂ ਅਤੇ ਬਾਬਾ ਜੀ ਤੁਹਾਨੂੰ ਉਠਾਵੇ ਵੀ ਨਹੀਂ। ਨਹੀਂ, ਹੁਣ ਜਿੱਦਾਂ ਇਹ ਤਾਂ ਇੱਥੇ ਬੈਠੇ ਨੇ ਧਰਨੇ ਦੇ ਉੱਤੇ ਬੈਠੇ ਨੇ, ਬਾਬਾ ਜੀ ਇੱਥੇ ਆ ਸਕਦੇ ਨੇ, ਆ ਕੇ ਗੱਲਬਾਤ ਕਰ ਸਕਦੇ ਨੇ, ਗੱਲ ਕਰਨ ਨੂੰ ਤਿਆਰ ਨੇ ਸਾਰੇ? ਚਲੋ ਠੀਕ ਹੈ, ਅਸੀਂ ਬਾਬਾ ਜੀ ਨੂੰ ਕਹਿ ਦਿੰਦੇ ਹਾਂ, ਬਾਬਾ ਜੀ ਨੂੰ ਸੇਵਾਦਾਰ ਨੂੰ ਵੀ ਇਹ ਤੁਸੀਂ ਬਾਬਾ ਜੀ ਇਹਨਾਂ ਦਾ ਹੱਲ ਕਰੋ, ਇਹ ਵੀ ਜੇ ਸੰਗਤ ਤੁਹਾਡੇ ਬੱਚੇ ਵੀ ਤੁਹਾਡੇ ਬੱਚੇ ਹੀ ਹੈ, ਇਹ ਜਿਹੜੀ ਸੰਗਤ ਬੈਠੀ ਇਹ ਵੀ ਤੁਹਾਡੇ ਬੱਚੇ ਹੀ ਹੈ, ਅਸੀਂ ਕਿਸੇ ਦਾ ਹੱਕ ਖਾ ਕੇ ਕੀ ਲੈ ਜਾਣਾ, ਇੱਥੇ ਖਾਲੀ ਹੈ ਖਾਲਿਆ ਜਾਣਾ, ਇਹ ਜਿਹੜਾ ਸਾਡੇ ਮਕਾਨ ਹੈ ਕਿਰਾਏ ਦਾ ਮਕਾਨ, ਇਹ ਵੀ ਜਿੱਦਣ ਕਿਰਾਇਆ ਖਤਮ ਹੋਇਆ ਚੱਲ ਜਾਣਾ ਵੀ। ਅਸੀਂ ਜੇ ਬਾਬਾ ਜੀ ਸੰਗਤ ਨੂੰ ਸਮਝਾ ਸਕਦਾ, ਬਾਬਾ ਜੀ ਤੁਹਾਡੀ ਵੀ ਕਰ ਸਕਦਾ ਹੈਲਪ ਵੀ, ਇਹ ਕਿਉਂ ਬੈਠੇ ਵਿਚਾਰੇ, ਕਿਉਂ ਕਿਸੇ ਦਾ ਹੱਕ ਖਾਣਾ, ਪੈਲੀਆਂ ਕਿਹੜੀਆਂ ਨਾਲ ਚੱਲ ਜਾਣੀਆਂ, ਇੱਥੇ ਰਹਿੰਦਾ ਸਾਰਾ ਕੁਝ। ਅਸੀਂ ਜਦੋਂ ਦਾ ਵੱਡਾ ਪਹਿਲੇ ਬਾਬਾ ਜੀ ਬੈਠੇ ਸੀ ਨਾ ਮਹਾਰਾਜਾ, ਉਦੋਂ ਦੀ ਵਡੇਰੇ ਜਾਂਦੀ ਇੱਕੋ ਲੋਹ ਹੁੰਦੀ ਸੀਗੀ ਮੰਗਲ ਸਿੰਘ ਦੀ ਕੰਟੀਨ ਦੇ ਲਾਗੇ, ਉੱਥੇ ਰੋਟੀ ਖਵਾਉਂਦੇ ਸੀ, ਉੱਥੇ ਚੱਕੀ ਸੀਗੀ ਅਤੇ ਉੱਥੇ ਸੰਗਤ ਬਹਿੰਦੀ ਸੀ ਅਤੇ ਪੱਖੀਆਂ ਝੱਲਦੇ ਸੀਗੇ ਬਾਬਾ ਜੀ, ਉਦੋਂ 32 ਵੇ ਲਾਈਟ ਵੀ ਨਹੀਂ ਸੀ, ਉਦੋਂ ਦੇ ਅਸੀਂ ਡੇਰੇ ਜਾਂਦੇ ਹਾਂ। ਚਲੋ ਬਾਬੇ ਜੀ ਦਾ ਤੁਸੀਂ ਧਰਨਾ ਲਾਇਆ, ਬਾਬੇ ਦੇ ਬਲ ਖਰਾਬ, ਚਲੋ ਸਾਨੂੰ ਕਹਿੰਦਾ ਨਹੀਂ ਚੰਗਾ ਨਹੀਂ ਲੱਗਦਾ। ਪਰ ਮਾਤਾ ਜੀ ਇਹ ਵੀ ਨਹੀਂ ਚੰਗਾ ਲੱਗਦਾ ਨਾ ਕਿ ਬਾਬਾ ਜੀ ਕਿਸੇ ਦੀਆਂ ਜ਼ਮੀਨਾਂ ਦੱਬਣ। ਅਸੀਂ ਤਾਂ ਆਪ ਕਹਿੰਦੇ ਵੀ ਕਿਸੇ ਹੱਕ ਨਾ ਖਾਓ, ਕਿਸਾਨਾਂ ਦਾ ਹੱਕ ਕਿਸਾਨਾਂ ਨੂੰ ਦਿਓ ਤੁਸੀਂ, ਕੀ ਕਰਨੀਆਂ ਜ਼ਮੀਨਾਂ ਨਾਲ ਚੱਲ ਜਾਣੀਆਂ। ਬਾਬੇ ਨੂੰ ਕੋਈ ਨਾਲ ਲੈ ਜਾਣਾ, ਸੰਗਤ ਹੈ ਸੰਗਤ ਖਾਂਦੀ ਪਈ, ਸੰਗਤ ਹੀ ਖਾਂਦੀ ਹੈ ਅਤੇ ਇੱਥੇ ਛੱਡ ਜਾਣਾ, ਅਤੇ ਬਾਬਾ ਜੀ ਕਿਉਂ ਆਪਣੇ ਸਿਰ 'ਤੇ ਵਰਿਆਈ ਲੈਂਦਾ,
ਖਾਣਾ ਸੰਗਤ ਨੂੰ ਕਰਦੀ ਸੰਗਤ, ਬਾਬਾ ਜੀ ਨੂੰ ਕਿਉਂ ਬਰੇ ਇਹਨਾਂ ਦਾ, ਬਾਬਾ ਜੀ ਕਹੋ ਕਿਸਾਨਾਂ ਨੂੰ ਵੀ ਜਿਹੜਾ ਤੁਹਾਡਾ ਹੱਕ ਹੈ ਤੁਸੀਂ ਆਪਣਾ ਹੱਕ ਲਓ। ਮਜਬੂਰੀ ਇਹਨਾਂ ਦੀ, ਸੁੱਖ ਨਾਲ ਥੋੜ੍ਹਾ ਬੈਠੇ ਹੋਏ ਆ, ਬੜੇ ਦੁਖੀ ਹੋ ਗਏ, ਕਿਸੇ ਦਾ ਘਰ ਨਹੀਂ ਰਿਹਾ, ਕਿ ਕੋਈ ਬਰਲੇ ਚਾਰ ਜ਼ਮੀਨ ਨਹੀਂ ਰਹਿ ਗਈ। ਗੱਲਬਾਤ ਕਰਾਂਗੇ ਅਸੀਂ, ਜੇ ਹੋ ਸਕਿਆ ਤਾਂ ਤੁਹਾਡਾ ਫੈਸਲਾ ਕਰਾਂਗੇ। ਭੈਣ ਜੀ ਤੁਸੀਂ ਜੀ ਆਇਆਂ ਨੂੰ ਮੈਂ ਤੁਹਾਨੂੰ ਇਹ ਬੇਨਤੀ ਕਰਾਂਗਾ ਕਿ ਤੁਸੀਂ ਮੇਰੀ ਛੋਟੀ ਭੈਣ, ਤੁਸੀਂ ਸਾਡਾ ਦੁੱਖ ਸਮਝਿਆ ਅਤੇ ਆਏ ਹੋ ਇੱਥੇ, ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦੀ ਹਾਂ। ਤੁਸੀਂ ਕਿਤੇ ਸਾਡਾ ਫੈਸਲਾ, ਮੇਰਾ ਤਾਂ ਕੋਈ ਹੈ ਹੀ ਨਹੀਂ, ਇਹਨਾਂ ਲੋਕਾਂ ਦੀਆਂ ਕਿਸੇ ਦੀ ਡੇਢ ਏਕੜ, ਕਿਸੇ ਦੀ ਦੋ ਏਕੜ, ਕਿਸੇ ਦੇ 2 ਕਿੱਲੇ, ਕਿਸੇ ਦੇ 4 ਕਿੱਲੇ, ਕਿਸੇ ਦੇ 2 ਮਰਲੇ। ਬਿਲਕੁਲ ਜੀ, ਸਾਡੇ ਨਾਂ ਆ ਅਤੇ ਪਰ ਕਬਜ਼ਾ ਇਹਨਾਂ ਦਾ, ਸਾਡੇ ਕੋਲ ਰਿਕਾਰਡ ਆ ਸਾਡਾ, ਜਿਸ ਤਰ੍ਹਾਂ ਢਿਲਵਾ ਪਿੰਡ, ਚੱਕੋ ਕੀ, ਮੰਡ ਬਤਾਲਾ, ਇਹ ਕਪੂਰਥਲੇ ਜ਼ਿਲ੍ਹੇ ਦੇ ਨੇ। ਇਸੇ ਤਰ੍ਹਾਂ ਇੱਧਰ ਜੋਧੇ ਅਤੇ ਵੜੈਚ, ਬਲਸ ਰਾਏ, ਇਸ ਤਰ੍ਹਾਂ ਇੱਧਰ ਪਿੰਡ ਨੇ। ਇਹ ਸਿਰਫ ਤੁਹਾਨੂੰ ਮੈਂ ਨਾਂ ਮਾਤਰ ਦੱਸੇ ਨੇ। ਇਹ ਕਬਜ਼ਾ, ਹਾਂਜੀ ਇਹ ਸਵਾਲ ਬੜਾ ਵਧੀਆ ਹੈ। ਇਹ ਭੈਣ ਜੀ ਕਬਜ਼ਾ ਇਸ ਤਰ੍ਹਾਂ ਹੈ ਕਿ ਆਹ ਜਿਹੜਾ ਬਿਆਸ ਦਰਿਆ ਹੈ ਨਾ, ਇਹ ਜਦੋਂ 1988 ਦਾ ਫਲੱਡ ਆਇਆ ਨਾ, ਉਸ ਫਲੱਡ ਆਉਣ ਤੋਂ ਬਾਅਦ ਕੁਛ ਸਮਾਂ ਜਿਹੜੇ ਪਰਲੀ ਸਾਈਡ ਵਾਲੇ ਸੀ ਉਹ ਜ਼ਮੀਨਾਂ ਦੇ ਵਿੱਚ ਆ ਨਹੀਂ ਸਕੇ ਦਰਿਆ ਦੇ ਘਰ, ਅਤੇ ਇਹਨਾਂ ਨੇ ਮੁੜ ਕੇ ਬੰਨ ਬਣਾ ਲਿਆ। ਉਹ ਬੰਨ ਬਣਾਉਣ ਤੋਂ ਬਾਅਦ ਉਹ ਦਰਿਆ ਦੇ ਵਿੱਚੋਂ ਦੀ ਆਉਂਦੇ ਸੀ ਕਿਸ਼ਤੀ ਰਾਹੀਂ, ਜਾਂ ਜਦੋਂ ਪਾਣੀ ਘੱਟ ਹੁੰਦਾ ਸੀ, ਉਹ ਦਰਿਆ ਦਾ ਬੰਨ ਬਹੁਤ ਉੱਚਾ ਅਤੇ ਉੱਤੇ ਤਾਰ ਲਾਤੀ, ਉਹਨਾਂ ਦਾ ਆਉਣਾ ਬੰਦ ਕਰਤਾ। ਜਿਹੜੇ ਇਹਨਾਂ ਪਿੰਡਾਂ ਵਾਲੇ ਸੀ ਇੱਧਰ, ਆ ਤੁਸੀਂ ਵੇਖੀ ਹੈ ਨਾ, ਬੁੱਢਾਥੇ ਵਾਲੇ ਪਾਸੇ ਚਾਰ ਦੁਆਰੀ ਕੀਤੀ ਆ, ਤਾਰ ਕੀਤੀ, ਕੰਡਿਆਲੀ ਤਾਰ ਲਾਈਆਂ, ਇਹ ਸਾਰੀਆਂ ਜ਼ਬਰਦਸਤੀ ਲਾਈਆਂ ਨੇ। ਇਹ ਇਹਨਾਂ ਨੇ ਜ਼ਬਰਦਸਤੀ ਤਾਰਾਂ ਲਾ ਕੇ ਗੇਟ ਬੰਦ ਕਰ ਦਿੱਤੇ, ਅੰਦਰ ਕਿਸੇ ਨੂੰ ਜਾਣ ਹੀ ਨਹੀਂ ਦਿੰਦੇ। ਹੁਣ ਤੁਸੀਂ ਵੀ ਵੇਖਿਆ ਕਿ ਜਦੋਂ ਤੁਸੀਂ ਅੰਦਰ ਜਾਂਦੇ ਹੋ ਤੁਹਾਡੇ ਟੈਲੀਫੋਨ 'ਤੇ ਰੱਖੇ ਜਾਂਦੇ ਹਨ, ਇਹ ਸਹੀ ਗੱਲ ਹੈ? ਬਾਹਰ ਜਮ੍ਹਾਂ ਕਰਾ ਦਿੰਦੇ ਟੈਲੀਫੋਨ, ਅੰਦਰ ਨਹੀਂ ਜਾਣ ਦਿੰਦੇ। ਇਹਦਾ ਕੀ ਕਾਰਨ ਹੈ ਮਾਤਾ ਜੀ, ਇਹਦਾ ਕਾਰਨ ਕੀ ਹੈ? ਇਹਦਾ ਕਾਰਨ ਇਹ ਹੈ ਵੀ ਜਿੱਦਾਂ ਸੰਗਤ ਹੈਗੀ ਸਾਡੀ, ਪੰਡਾਲ ਲੱਗਾ ਸੰਗਤ ਵਿੱਚ ਬਾਬਾ ਜੀ ਬੈਠੇ, ਵੀ ਕੋਈ ਵਿੱਚੋਂ ਕੋਈ ਫੋਨ ਕਰਕੇ ਕੋਈ ਗੱਲ ਵੀ, ਕੋਈ ਫੈਲ ਫੂਲ ਜਾਂ ਕੋਈ ਗੱਲਬਾਤ ਨਾ ਕਰਾ ਦੇਵੇ ਇਸ ਕਰਕੇ। ਮੇਰਾ ਕਹਿਣ ਤੋਂ ਭਾਵ ਇਹ ਆ ਕਿ ਜਿਸ ਤਰ੍ਹਾਂ ਤੁਹਾਡਾ ਸਾਰਾ ਸਮਾਨ ਰੱਖ ਲਿਆ ਜਾਂਦਾ, ਤੁਸੀਂ ਬਿਨਾਂ ਤਲਾਸ਼ੀ ਤੋਂ ਅੰਦਰ ਨਹੀਂ ਜਾ ਸਕਦੇ, ਨਹੀਂ ਨਾ ਜਾ ਸਕਦੇ। ਇਸੇ ਤਰ੍ਹਾਂ ਹੁਣ ਜਿਨ੍ਹਾਂ ਦੀਆਂ ਜ਼ਮੀਨਾਂ ਅੰਦਰ ਨੇ, ਛੋਟੇ ਛੋਟੇ ਪਲਾਟ ਵੀ ਸੀ 2-2 ਮਰਲੇ ਦੇ, ਜਿਨ੍ਹਾਂ ਦੀਆਂ ਵਾਹੀ ਔਰ ਯੋਗ ਜ਼ਮੀਨਾਂ ਸੀ, ਉਹ ਕਿਸੇ ਨੂੰ ਵੀ ਉੱਥੇ ਅੰਦਰ ਨਹੀਂ ਜਾਣ ਦਿੰਦੇ। ਇਸ ਕਰਕੇ ਇਹਨਾਂ ਨੇ ਕਬਜ਼ੇ ਜਿਹੜੇ ਆ ਉਹ ਜ਼ਬਰਦਸਤੀ ਕੀਤੇ ਆ। ਇੱਕ ਭੈਣ ਜੀ ਮੈਂ ਤੁਹਾਡੇ ਨਾਲ ਹੋਰ ਗੱਲ ਕਰਨੀ ਚਾਹੁੰਦਾ, ਇਹ ਜਿਹੜੀ ਗੱਲ ਆ ਅਸੀਂ ਤੁਹਾਡੇ ਨਾਲ ਜਿਹੜੀ ਕਰ ਰਹੇ ਹਾਂ, ਮੇਰੇ ਕੋਲ ਸਾਰਾ ਕੁਛ ਲਿਖਿਆ ਹੋਇਆ, ਮੈਂ ਤੁਹਾਨੂੰ ਇੱਕ ਪੱਤਰ ਵੀ ਦੇ ਦਿੰਦਾ, ਉਹਦੀ ਫੋਟੋ ਕਾਪੀ ਕਰਾ ਕੇ ਦੇ ਦਿੰਦਾ, ਜਿਸ 'ਚ ਕੁਝ ਗੱਲਾਂ ਲਿਖੀਆਂ ਨੇ। ਮੈਨੂੰ ਲੱਗਿਆ ਤੁਹਾਡੇ ਨਾਲ ਗੱਲ ਕਰਨ ਤੋਂ ਬੜੀ ਖੁਸ਼ੀ ਹੋਈ ਹੈ ਕਿ ਤੁਸੀਂ ਬਹੁਤ ਸਮਝਦਾਰ ਹੋ, ਤੁਸੀਂ ਸਰਪੰਚ ਵੀ ਰਹੇ ਹੋ, ਤੁਸੀਂ ਪਿੰਡ ਦੇ ਫੈਸਲੇ ਆਏ, ਔਰ ਤੁਹਾਡੇ ਮਨ 'ਚ ਦੁੱਖ ਆਇਆ ਤਾਂ ਤੁਸੀਂ ਇੱਥੇ ਆਏ ਹੋ, ਵੀ ਇੱਕ ਤਾਂ ਤੁਹਾਨੂੰ ਸਾਡਾ ਦੁੱਖ, ਦੂਸਰਾ ਤੁਹਾਨੂੰ ਬਾਬੇ ਨਾਲ ਹਮਦਰਦੀ, ਵੀ ਬਾਬੇ ਦੇ ਖਿਲਾਫ ਧਰਨਾ ਕਿਉਂ ਲਾਇਆ? ਅਸੀਂ ਬਾਬੇ ਦੇ ਖਿਲਾਫ ਇਸ ਕਰਕੇ ਧਰਨਾ ਨਹੀਂ ਲਾਇਆ ਵੀ ਲੋਕ ਕਿਉਂ ਆਉਂਦੇ ਆ, ਬਾਬੇ ਨੇ ਜਿਹੜੇ ਉੱਥੇ ਸਾਡੀਆਂ ਜ਼ਮੀਨਾਂ ਸਾਂਭੀਆਂ ਨੇ, ਤਾਂ ਹੁਣ ਤੁਸੀਂ ਆਏ ਹੋ ਸਾਡੇ ਨਾਲ ਗੱਲ ਕੀਤੀ ਆ, ਵੀ ਤੁਸੀਂ ਧਰਨੇ 'ਤੇ ਕਿਉਂ ਬੈਠੇ ਹੋ? ਜਦੋਂ ਬਾਬਾ ਖੁਦ ਇੱਥੇ ਆਇਆ 13 ਤਰੀਕ ਸ਼ੁੱਕਰਵਾਰ, ਅਸੀਂ 12 ਤਰੀਕ ਦੇ ਬੈਠੇ ਹਾਂ ਵੀਰਵਾਰ ਦੇ, ਅਤੇ ਉਹ 13 ਤਰੀਕ ਸ਼ੁੱਕਰਵਾਰ 10:30 ਵਜੇ ਇੱਥੇ ਆਏ, ਆ ਕੇ ਉਹਨਾਂ ਨੇ ਸਾਨੂੰ ਫਤਿਹ ਬੁਲਾਈ ਆ, ਅਸੀਂ ਵੀ ਉੱਠ ਕੇ ਫਤਿਹ ਬੁਲਾਈ ਆ, ਪੂਰਾ ਸਤਿਕਾਰ ਕੀਤਾ। ਲੇਕਿਨ ਹੋਇਆ ਕਿ
ਕਿ ਉਹ ਸਾਨੂੰ ਰਾਜ਼ੀ ਖੁਸ਼ੀ ਪੁੱਛ ਲਿਆ, ਲੰਗਰ ਪੁੱਛ ਲਿਆ ਅਤੇ ਇਹ ਗੱਲ ਕਹੀ ਕਿ ਤੁਸੀਂ ਡਟੇ ਰਹੋ। ਤੁਸੀਂ ਕਹਿੰਦੇ ਹੋ, ਤੁਸੀਂ ਆ ਕੇ ਕਿਹਾ ਕਿ ਮੈਂ ਤੁਹਾਡਾ ਫੈਸਲਾ ਕਰਾਉਣੀ ਹੈ, ਸਾਨੂੰ ਖੁਸ਼ੀ ਹੋਈ ਹੈ। ਉਹਨੇ ਕਿਹਾ ਕਿ ਤੁਸੀਂ ਡਟੇ ਰਹੋ। ਉਹ ਸਾਨੂੰ ਇੱਕ ਚੋਬ ਲਾਈ, ਸਾਨੂੰ ਇੱਕ ਟਾਂਚ ਕੀਤੀ, ਸਾਡੇ ਨਾਲ ਉਹਨਾਂ ਨੇ ਇੱਕ ਮਜ਼ਾਕ ਕੀਤਾ, ਸਾਨੂੰ ਇੱਕ ਧਮਕੀ ਦਿੱਤੀ ਵੀ ਜਿਸ ਤਰ੍ਹਾਂ ਅਸੀਂ ਕਿਸੇ ਨੂੰ ਕਹਿੰਦੇ ਹਾਂ ਨਾ ਭਈ ਹੁਣ ਤੂੰ ਇੱਥੇ ਖਲੋਤਾ ਜਾ ਨਾ ਮੇਰੇ ਖਿਲਾਫ਼, ਅਤੇ ਖਲੋਤਾ ਰਹੀ ਫਿਰ ਤੈਨੂੰ ਮੈਂ ਦੱਸੂੰਗਾ। ਅੰਬੋਵਾਲ ਪਿੰਡ ਦੇ ਸਾਬਕਾ ਸਰਪੰਚ ਮਨਜੀਤ ਕੌਰ ਜੋ ਕਿ ਡੇਰੇ ਦੇ ਭਗਤ ਨੇ, ਡੇਰੇ ਦੇ ਸੇਵਾਦਾਰ ਨੇ, ਉਹਨਾਂ ਨੇ ਇੱਕ ਪਹਿਲਕਦਮੀ ਕੀਤੀ ਹੈ ਕਿਸਾਨਾਂ ਦੇ ਧਰਨੇ 'ਤੇ ਆ ਕੇ ਜਿਹੜਾ ਡੇਰਾ ਬਿਆਸ ਦੇ ਮੂਹਰੇ ਹੀ ਲੱਗਿਆ ਹੋਇਆ ਕਿ ਅਸੀਂ ਤੁਹਾਡਾ ਬਾਬਾ ਜੀ ਨੂੰ ਅਸੀਂ ਅਪੀਲ ਕਰਾਂਗੇ, ਰਿਕੁਐਸਟ ਕਰਾਂਗੇ ਅਤੇ ਤੁਹਾਡਾ ਫੈਸਲਾ ਜਿਹੜਾ ਹੈ ਕਰਵਾਵਾਂਗੇ। ਉਹ ਇੱਕ ਬਹੁਤ ਚੰਗੀ ਗੱਲ ਹੈ। ਡੇਰੇ ਵੱਲੋਂ ਹਾਲੇ ਤੱਕ ਕੋਈ ਇਸ ਤਰ੍ਹਾਂ ਦਾ ਪ੍ਰਤੀਕਰਮ ਨਹੀਂ ਆਇਆ ਸੀਗਾ, ਇੱਕ ਭਗਤ ਵੱਲੋਂ, ਉਹਨਾਂ ਦੇ ਇੱਕ ਸੇਵਾਦਾਰ ਵੱਲੋਂ ਇਹ ਜਿਹੜਾ ਪ੍ਰਤੀਕਰਮ ਆਇਆ। ਸੋ ਸਰਪੰਚ ਸਾਹਿਬ, ਤੁਹਾਨੂੰ ਕੋਈ ਹੁਣ ਇੱਦਾਂ ਦਾ ਕੋਈ ਲੱਗਦਾ ਵੀ ਤੁਸੀਂ ਜਾ ਕੇ ਬਾਬਾ ਜੀ ਨਾਲ ਗੱਲ ਕਰੋਗੇ ਇਸ ਬਾਰੇ? ਜੀ ਕਰਾਂਗੇ ਜੀ, ਬਾਬਾ ਜੀ ਨਾਲ ਗੱਲ ਕਰਾਂਗੇ। ਤੁਹਾਡੀ ਗੱਲ ਸੁਣੀ ਜਾਊਗੀ? ਹਾਂਜੀ ਸੁਣੀ ਜਾਊਗੀ। ਸੋ ਤੁਹਾਨੂੰ ਕੋਈ ਇਸ ਤਰ੍ਹਾਂ ਦਾ ਕੋਈ ਖਤਰਾ ਤਾਂ ਨਹੀਂ ਹੈਗਾ ਵੀ ਤੁਸੀਂ ਉੱਥੇ ਕਿਉਂ ਗਏ, ਇਸ ਤਰ੍ਹਾਂ ਦੀ ਤੁਹਾਨੂੰ ਕੋਈ ਚਿੰਤਾ ਤਾਂ ਨਹੀਂ? ਤੁਸੀਂ ਜਿੱਦਾਂ ਦੇ ਬਾਬਾ ਜੀ, ਸੰਗਤ ਸਾਰੀ ਇੱਕੋ ਹੀ ਹੈ, ਉਹ ਵੀ ਸੰਗਤ ਇਹ ਵੀ ਸੰਗਤ, ਸਾਨੂੰ ਉਹ ਵੀ ਸਾਡੇ ਭੈਣ ਭਰਾ ਤੋਂ ਹੀ ਭੈਣ ਭਰਾ, ਸਾਨੂੰ ਸਭ ਦੀ ਗੱਲ ਦੁੱਖ ਜਿਹੜਾ ਮਹਿਸੂਸ ਹੁੰਦਾ ਸਭ ਦੀ ਗੱਲ। ਸੋ ਕਿਸਾਨਾਂ ਦੇ ਧਰਨੇ ਦੇ ਵਿੱਚ ਇਹ ਬੀਬੀ ਜੀ ਆਏ ਹੈਗੇ ਨੇ ਜਿਹੜੇ ਕਿ ਸਾਬਕਾ ਸਰਪੰਚ ਨੇ ਹੰਬੋਵਾਲ ਪਿੰਡ ਦੇ, ਮਲਕੀਤ ਕੌਰ, ਇਹਨਾਂ ਨੇ ਆ ਕੇ ਇੱਥੇ ਜਿਹੜਾ ਹੈ ਵਾਅਦਾ ਕੀਤਾ, ਵਾਅਦਾ ਵੀ ਨਹੀਂ ਕਹਿ ਸਕਦੇ, ਇੱਕ ਪਹਿਲਕਦਮੀ ਕੀਤੀ ਹੈ ਕਿ ਅਸੀਂ ਤੁਹਾਡਾ ਸਮਝੌਤਾ ਕਰਵਾਵਾਂਗੇ। ਬਾਬਾ ਜੀ ਦੇ ਸੇਵਾਦਾਰ ਵੀ ਨੇ, ਨਾਲੇ ਨਾਲ ਦੁੱਖ ਵੀ ਹੈਗਾ ਕਿ ਉਹਨਾਂ ਨੇ ਕਿਸਾਨਾਂ ਦੀਆਂ ਜ਼ਮੀਨਾਂ ਨੇ ਜਿਹੜੀਆਂ ਉਹ ਕਿਉਂ ਨੱਪੀਆਂ ਹੋਈਆਂ ਨੇ। ਸੋ ਆਸ ਕਰਦੇ ਹਾਂ ਕਿ ਸ਼ਾਇਦ ਕੁਛ ਨਾ ਕੁਛ ਇਸ ਧਰਨੇ ਦੇ ਵਿੱਚੋਂ, ਇਸ ਬੀਬੀ ਜੀ ਦੇ ਆਉਣ ਦੇ ਨਾਲ ਇੱਥੋਂ ਕੋਈ ਚੰਗੀ ਗੱਲ ਜ਼ਰੂਰ ਨਿਕਲੂਗੀ, ਕੋਈ ਸਮਝੌਤੇ ਵਾਲੀ ਗੱਲ ਹੈ ਜਿਹੜੀ ਉਹ ਜ਼ਰੂਰ ਨਿਕਲਣੀ ਚਾਹੀਦੀ ਹੈ। ਵੀਡੀਓ ਜਰਨਲਿਸਟ ਦਲਪ੍ਰੀਤ ਸਿੰਘ ਦੇ ਨਾਲ ਹਰਸ਼ਰਨ ਕੌਰ, ਦ ਖਾਲਸ ਟੀਵੀ ਲਈ ਬਿਆਸ ਤੋਂ ਖਾਸ ਰਿਪੋਰਟ।